ਏ ਆਕਾਸ਼वाणी ਜੰਮੂ ਆ ਨਰੇਸ਼ ਸ਼ਰਮਾ ਕੋਲ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਹੇ ਵਿਦਿਆਰਥੀਆਂ ਕੀ ਆਖਿਆ ਜੇ امتحاناتਾਂ ਦਾ ਡਰਨ ਦੇ ਬਜਾਏ ਉਹਨਾਂ ਦਾ ਉਤਸ਼ਾਹ ਮਨਾਣ ਉਹਨੇ ਅਭਿਵਾਪਕਾਂ ਕਹਿੰਗੇ ਵੀ ਆਖਿਆ ਜੇ ਬੱਚਿਆਂ ਪਰ ਦਬਾਅ ਨਹੀਂ ਪਾਣਤੇ ਉਹਨਾਂ ਕੀ امتحانات ਦਾ ਮਜ਼ਾ ਲੈਣਦੇ ਹਨ ਪ੍ਰੀਖਿਆ ਤੇ ਚਰਚਾ ਦੇ ਕੱਲ ਪਹਿਲੇ ਵਰਚੁਅਲ ਅੰਕ ਚ ਵਿਦਿਆਰਥੀਆਂ ਅਧਿਆਪਕਾਂ ਤੇ ਅਭਿਵਾਪਕਾਂ ਕੰਨ ਗੱਲਬਾਤ ਕਰਦੇ ਹੋਏ ਉਹਨੇ ਤਣਾਅ ਤੇ ਚਿੰਤਾ ਦੂਰ ਕਰਨੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਉਨੇ ਆਖਿਆ ਜੇ ਪ੍ਰੀਖਿਆਗੇ ਜੀਵਨ ਦਾ ਅੰਤ ਨਹੀਂ ਮੰਨਣਾ ਲੋੜ ਚਦਾ ਤੇ ਹਮੇਸ਼ਾ ਅਗਲੇ ਪ੍ਰਯਾਸ ਚ ਬਿਹਤਰ کارਕਰਦਗੀ ਦਸਨੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਵਿਦਿਆਰਥੀਂਗੇ ਮੁਸ਼ਕਲ ਵਿਸ਼ੇ ਪਹਿਲਾ ਲੈਣੇ ਚਾਹੀਦੇ ਤੇ ਇਨਾਂ ਦੀ ਮਤਾ ਸਮਾਂ ਦੇਣਾ ਚਾਹੀਦਾ ਹੈ ਉਹਨੇ ਔਖੇ ਵਿਸ਼ੇ ਬਦਲੇ ਪਰਡੇ ਦੀ ਸਲਾਹ ਵੀ ਦਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਨਵੀਂ ਦਿੱਲੀ ਚ ਏਮਜ਼ ਹਸਪਤਾਲਾ ਚ ਕੋਵਿਡ 19 ਦਾ ਦੂਵਾ ਟੀਕਾ ਲਵਾਇਆ ਟੀਕਾ ਲਵਾਉਣੇ ਪ੍ਰਾਂਤ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਟੀਕਾ ਸੰਕਰਮਣ ਕੀ ਰਾਣੇ ਦੇ ਤਰੀਕੇ ਚ ਇੱਕ ਹੈ ਸ਼੍ਰੀ ਮੋਦੀ ਹੋਰੇ ਸਭ ਨੇ ਯੋਗ ਲੋਕਾਂਗੇ ਤੌਲੇ ਟੀਕਾ ਲਾਉਣ ਦਾ ਆਗਰਾ ਕੀਤਾ ਹੈ ਉਹਨੇ ਲੋਕਾਂ ਕਿ covid.gov.in ਉਪਰ ਪंजीकरण ਕਰਾਉਣੇ ਤਾਂ ਵੀ ਆਖਿਆ ਹੈ ਸੰਗਰੂਰ ਪੰਜਾਬ ਦੀ ਨਰਸ ਨਿਸ਼ਾ ਸ਼ਰਮਾ ਨੇ ਪ੍ਰਧਾਨ ਮੰਤਰੀ ਹੋਰੇ ਗਈ ਅੱਜ ਦੂਵਾ ਟੀਕਾ ਲਾਇਆ ਆਪਣੀ ਭਾਵਨਾयां ਦਾ ਖੁਲਾਸਾ ਕਰਦੇ ਹੋਏ ਕੁਮਾਰੀ ਨਿਸ਼ਾ ਨੇ ਆਖਿਆ ਜੇ ਉਹਦੇ ਆਸਤਾ ਹੈ ਇਹ ਇੱਕ ਯਾਦਗਾਰਾਲਾ ਪਲ ਹੈ ਭਾਰਤ ਚ ਅਜੇ ਤੋੜੀ 9 ਕਰੋੜ 198673 ਲੋਕਾਂਗੇ ਕੋਵਿਡ ਸਮਾਂ ਬਚਾ ਦੇ ਟੀਕੇ ਲਾਇਏ ਗਏ ਨੇ ਇਹਦੇ ਚ 7 ਕਰੋੜ 87 ਲੱਖ 73 ਹਜ਼ਾਰ 700 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਜਿਸ ਨਾਲ ਕਿ 1 ਕਰੋੜ 14 ਲੱਖ 35 ਹਜ਼ਾਰ 646 ਲੋਕਾਂ ਨੂੰ ਦੋਈ ਖੁਰਾਕ ਦਿੱਤੀ ਗਈ ਹੈ ਪਿਛਲੇ 24 ਘੰਟੇ ਦੌਰਾਨ 29 ਲੱਖ 79292 ਲੋਕਾਂ ਨੂੰ ਟੀਕੇ ਲਾਇਆ ਗਿਆ ਤਾਂ ਜੰਮੂ ਕਸ਼ਮੀਰ ਚ ਅਜੇ ਤੋੜੀ 10 ਲੱਖ 95745 ਲੋਕਾਂ ਨੂੰ ਇੱਕੜੇ ਟੀਕੇ ਲਾਇਆ ਗਿਆ ਇੰਦੇ ਚ 92063 ਲੋਕਾਂ ਕੀ ਪਹਿਲਾ ਟੀਕਾ ਤੇ 175142 ਲੋਕਾਂ ਕੀ ਅੱਜ ਬਦਲੇ ਤੋੜੀ ਦੂਆ ਟੀਕਾ ਲਾਇਆ ਗਿਆ ਹੈ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਕਾਰਮਿਕ ਤੇ ਸਿਹਤ ਲਈ ਵਾਲੇ ਵਿਭਾਗ ਦੇ ਪਾਸਿਆ ਕੋਵਿਡ ਦੇ ਫਲਾਬ ਦੀ ਰੋਕਥਾਮ ਤਾਂ ਹੀ ਕੀਤੇ ਗਏ ਉਪਾਅ ਦਾ ਜਾਇਜ਼ਾ ਲੈਂਦਾ ਹੈ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਦੇਖਦੇ ਇਹ ਵਿਭਾਗ ਨੇ 45 ਬਰਾਂ ਦੇ ਤੇ ਇਹਦੇ ਥਾਂ ਵੱਧ ਉਮਰੀ ਦੇ ਸਭਨੇ ਮੁਲਾਜ਼ਮਾਂ ਨੂੰ ਟੀਕਾ ਲਵਾਉਣ ਦੀ ਸਲਾਹ ਦਿੱਤੀ ਹੈ ਉਹਨੇ ਕਿ ਟੀਕਾ ਲਵਾਉਣ ਦੇ ਬਾਅਦ ਵੀ جاری ਕੀਤੇ ਗਏ ਦਿਸ਼ਾ ਨਿਰਦੇਸ਼ਨ ਦਾ ਪਾਲਨ ਕਰਨ ਲਈ ਆਖਿਆ ਗਿਆ ਹੈ ਜੰਮੂ ਦੇ ਰੀਜਨਲ ਕਮਿਸ਼ਨਰ ਡਾਕਟਰ ਅਰਾਗਵ ਲੰਗਰੋਰੇ ਕੋਵਿਡ ਦੇ ਬਦਲਦੇ ਮਾਮਲੇ ਦੇ ਮੱਦੇਨਜ਼ਰ ਲੋਕਾਂ 'ਕਿ ਪ੍ਰਸ਼ਾਸਨ ਕੰਨੈਸਾ ਜੋ ਕਰਨੇ ਤੇ ਕੋਵਿਡ 12 ਦਿਸ਼ਾ ਨਿਰਦੇਸ਼ਣ ਦਾ ਪਾਲਨ ਕਰਨ ਦਾ ਆਗਰ ਹੈ ਕੀਤਾ ਕੱਲ ਜੰਮੂ ਚ ਇੱਕ ਪ੍ਰੈਸ ਕਾਨਫਰੰਸ ਕੇ ਸੰਬੋਧਿਤ ਕਰਦੇ ਡਾਕਟਰ ਰਾਗਵ ਬੋਰੇ ਆਖਿਆ ਜੇ ਪਿਛਲੇ 13 ਹਫ਼ਤਿਆਂ ਦੌਰਾਨ ਤਖ਼ਦਾ ਕਰੇ ਜੰਮੂ ਜ਼ਿਲ੍ਹੇ ਚ ਨਵੇਂ ਮਾਮਲੇ ਦੀ ਬੜਾ ਉਤਰੀ ਕੇ ਦੇਖਦੇ ਲੋਕਾਂ ਕੇ ਸਭਨੇ ਦਿਸ਼ਾ ਨਿਰਦੇਸ਼ਨ ਦੀ ਸਖਤੀ ਕੰਨਾ ਪਾਲਨਾ ਕਰਨੀ ਚਾਹੀਦੀ ਹੈ ਉਹਨੇ ਆਖਿਆ ਜੇ ਕੋਵਿਡ 19 ਦੇ ਫਲਾਬ ਗੇ ਰੋਕਨੇਾਸਾ ਮਾਸਕ ਪਾਣੇ ਛੰਡਾ ਬਣਾਏ ਰੱਖਨੇ ਤੇ ਵੱਡੇ ਕਿਠ ਲਾਨੇ ਥਾਵਾਂ ਪਰ ਇਸ ਕਰਨੇ ਸਮੇਂ ਤੇ ਲੋਕਾਂ ਦਾ ਸਹਿਯੋਗ ਬੜਾ ਲਾਜ਼ਮੀ ਹੈ ਉਹਨੇ ਦੱਸਿਆ ਜੇ ਰੋਗथाम ਵਾਲੇ ਉਪਾਅ ਤੇਜ਼ ਕੀਤੇ ਗਏ ਨੇ ਤੇ ਖਿਲਾਫ ਵਰਜੀ ਰੋਕਨੇਾਸਾ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਰਾਸ਼ਟਰੀ ਸਿਹਤ ਮਿਸ਼ਨ ਦੇ ਪ੍ਰਬੰਧਕ ਨਿਰਦੇਸ਼ਕ ਹੋ ਰਹੇ ਇਸ ਮੌਕੇ ਜੰਮੂ ਦੀ ਸਥਿਤੀ ਬਾਰੇ ਮੀਡੀਆ ਅਲੰਗੇ ਜਾਣਕਾਰੀ ਦਿੱਤੀ। ਉਹਨੇ ਦੱਸਿਆ ਜੇ ਸਬਨੇ ਜ਼ਿਲ੍ਹੇ ਚ ਜਾਂਚ ਦੀ ਸਮਰਥ ਵਧਾਈ ਗਈ ਹੈ ਤੇ ਬਾਈ ਅਡੇ ਰੇਲਵੇ ਸਟੇਸ਼ਨ ਤੇ ਲਖਣਪੁਰਿਆ ਦਾਖਲ ਹੋਣ ਵਾਲੇ ਸਬਨੇ ਮੁਸਾਫਰਾਂ ਦੀ ਜਾਂਚ ਕੀਤੀ ਜਾ ਕਰਦੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਕੱਲ ਕਰੋਨਾ ਦੇ 812 ਨਵੇਂ ਮਾਮਲੇ ਸਾਹਮਣੇ ਆਏ। ਜਿੰਦੇ ਕੰਨਾ ਇੱਥੇ ਕੁੱਲ ਮਾਮਲੇ ਦੀ ਸੰਖਿਆ 134827 ਹੋ ਗਈ ਹੈ ਇੰਦੇ ਚ 5035 ਐਕਟਿਵ ਪੋਜ਼ਿਟਿਵ ਮਾਮਲੇ ਨੇ ਤੇ 127774 ਮਰੀਜ਼ ਇਸ ਲਾਗਤ ਹਮ ਅਜੇ ਤੋੜੇ ਠੀਕ ਹੋਏ ਨੇ ਪ੍ਰਦੇਸ਼ ਚ ਕੱਲ 6 ਲੋਕਾਂ ਦੀ ਮੌਤ ਵੀ ਹੋਈ ਜਿਹਨੇ ਗਰਲਾਈ ਇੱਥੇ ਮਰਨ ਦੇ ਗਿਣਤਰੀ 2018 ਹੋ ਗਈ ਹੈ ਇਦੇ ਇਲਾਵਾ ਕੱਲ ਵੱਖ-ਵੱਖ ਹਸਪਤਾਲਾਂ ਤੋਂ 254 ਹੋਰ ਲੋਕਾਂ 'ਗੇ ਛੁੱਟੀ ਦਿੱਤੀ ਗਈ। ਤੋ ਅਹੀਂ ਦੇਸ਼ਾ 'ਚ ਪਿਛਲੇ 24 ਘੰਟਿਆਂ 'ਚ 1,26,799 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ 'ਗੇ ਪਾਈਆ ਮੁਲਖਿਆ 'ਚ ਕੁੱਲ ਮਾਮਲੇ ਦੀ ਸੰਖਿਆ 1 ਕਰੋੜ 29 ਲੱਖ 28,574 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ 685 ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਵੀ ਹੋਈ ਹੈ। ਉਪਰ ਰਾਸ਼ਟਰਪਤੀ ਅਮੰਵੰਕাইয়া ਨਾਇਡੂ ਔਰ 9 ਅਪ੍ਰੈਲ ਦੇ ਕਨਾਲ ਰੋਡ ਜੰਮੂ ਦੇ ਕਨਵੈਨਸ਼ਨ ਸੈਂਟਰ 'ਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜੰਮੂ ਦੇ ਤ੍ਰਿਏ ਤੇ ਚੌਥੇ ਸਾਲਾਨਾ ਦੀਕਸ਼ਾਂਤ ਸਮਾਰੋਹ ਕੀ ਸੰਬੋਧਿਤ ਕਰਗਣ। ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਤੇ ਉਪ ਰਾਜਪਾਲ ਮਨੋਜ ਸਿਨਹਾ ਔਰ ਸਮਾਰੋਹ ਆਦਰਯੋਗ ਪ੍ਰਵਣ ਹੋਗਣ। ਦੀਕਸ਼ਾਂਤ ਸਮਾਰੋਹ 2018-2022 ਬੈਚ ਦੇ ਠੁੰਗੇ ਵਿਦਿਆਰਥੀਆਂ ਕੀ ਤੇ 2019-21 ਬੈਚ ਦੇ 90 ਵਿਦਿਆਰਥੀਆਂ ਕੀ ਐਮਬੀਏ ਦੀ ਡਿਗਰੀ ਪ੍ਰਦਾਨ ਕੀਤੀ ਜਾਗ ਜੰਮੂ ਦੇ ਰੀਜਨਲ ਕਮਿਸ਼ਨਰ ਡਾਕਟਰ ਅਰਾਗਵ ਲੰਗਰ ਹੋ ਰਹੇ ਕੱਲ ਕਠੂਆ ਜ਼ਿਲ੍ਹੇ ਦਾ ਦੌਰਾ ਲਾਇਆ ਤੇ ਲੋਕਾਂ ਦੇ ਮਸਲੇ ਸੁਣਨੇ ਆਸਤੇ ਬਰਨੋਟੀ ਬਲਾਕ ਦੇ ਮੰਗਤੀਆਂ ਗ੍ਰਾਂਚ ਇੱਕ ਜਨ ਸ਼ਿਕਾਇਤ ਨਿਵਾਰਨ ਕੈਂਪ ਲਾਇਆ ਕਠੂਆ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਤੇ ਦੂਵੇ ਜ਼ਿਲ੍ਹਾ ਅਧਿਕਾਰੀ ਵੀ ਇਸ ਮੌਕੇ ਪਰ ਉੱਥੇ ਮੌਜੂਦ ਹੈ ਬੜੀ ਗਿੰਦਰੇ ਚ ਮੁਕਾਮੀ ਲੋਕਾਂ ਨੇ ਬੀਡੀਸੀ ਦੇ ਅਧਿਕਸ਼ਣ ਤੇ ਪੰਚੇ ਸਰਪੰਚੇ ਆਪਣੇ ਆਪਣੇ ਇਲਾਕੇ ਕੰਨਾਂ ਜੁੜੇ ਦੇ ਮਸਲੇ ਉਹਦੇ ਅੱਗੇ ਰੱਖੇ ਡਿਵੀਜ਼ਨਲ ਕਮਿਸ਼ਨਰ ਔਰੇ ਉਹਨਗੇ ਸੁਣਨੇ ਪ੍ਰੰਤ ਮੁਤਲਕਾ ਮਹਿਕਮੇਗੇ ਉਹਦੇ ਮਸਲੇ ਤੌਲੇ ਹੱਲ ਕਰਨ ਦੇ ਹੁਕਮ ਜਾਰੀ ਕੀਤੇ ਤੋਈ ਬਲਾਕ ਦਿਵਸ ਦੇ ਮੌਕੇ ਪਰ ਜੰਮੂ ਪ੍ਰਾਂਤ ਦੇ ਬਖ-ਬਖ ਜ਼ਿਲ੍ਹੇ ਚ ਕੱਲ ਵਿਸ਼ੇਸ਼ ਗ੍ਰਾਮ ਸਭਾਵਾਂ ਦਾ ਸਰਿਸਤਾ ਕੀਤਾ ਗਿਆ ਤੇ ਲੋਕਾਂ ਦੇ ਮਸਲੇ ਦਾ ਸਮਾਧਾਨ ਕੀਤਾ ਗਿਆ ਖਬਰਾਂ ਦੇ ਇਸ ਬੁਲੇਟਿਨ ਚ ਬਸ ਇੰਨਾ ਗਿਆ